प्यारे विद्यार्थियों सत श्री अकाल आज ਅਸੀਂ ਸਿੱਖਣ ਪ੍ਰਣਾਮਾ ਆਧਾਰਿਤ ਅਭਿਆਸ ਪੁਸਤਕ ਭਾਗ 2 ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਕੁਝ ਬਹੁ ਵਿਕਲਪੀ ਪ੍ਰਸ਼ਨ ਉੱਤਰ ਹੱਲ ਕਰਦੇ ਹਾਂ ਆਓ ਅਸੀਂ ਪਹਿਲੇ ਸਵਾਲ ਵੱਲ ਚੱਲਦੇ ਹਾਂ ਪਿਆਰੇ ਬੱਚਿਓ ਸਾਡੇ ਕੋਲ ਸਵਾਲ ਹੈ ਕਿ ਪੰਜ-ਪੰਜ ਦੇ ਕਿੰਨੇ ਸਮੂਹ ਬਣਨਗੇ ਬੱਚਿਓ ਇਸ ਦੇ ਵਿੱਚ ਸਾਨੂੰ ਕੁਝ ਸੇਵ ਦਿੱਤੇ ਗਏ ਹਨ ਅਸੀਂ ਇਹਨਾਂ ਦੇ ਪੰਜ-ਪੰਜ ਦੇ ਸਮੂਹ ਬਣਾਉਣੇ ਹਨ ਪਿਆਰੇ ਵਿਦਿਆਰਥੀਓ ਇਸਦੇ ਲਈ ਸਾਨੂੰ ਚਾਰ ਉੱਤਰ ਦਿੱਤੇ ਗਏ ਹਨ ਪਹਿਲਾ ਉੱਤਰ ਹੈ 4 ਦੂਜਾ ਉੱਤਰ ਹੈ 14 ਤੀਜਾ ਉੱਤਰ ਹੈ 16 ਅਤੇ ਚੌਥਾ ਉੱਤਰ ਹੈ 3 ਤਾਂ ਆਓ ਅਸੀਂ ਇਨ੍ਹਾਂ ਸੇਬਾਂ ਦੇ ਸਮੂਹ ਬਣਾਉਣੇ ਸ਼ੁਰੂ ਕਰਦੇ ਹਾਂ ਅਸੀਂ ਪਹਿਲੇ ਪੰਜ ਸੇਬਾਂ ਦਾ ਇੱਕ ਸਮੂਹ ਬਣਾ ਲਿਆ ਹੈ ਉਸ ਤੋਂ ਬਾਅਦ ਸਾਨੂੰ ਪਤਾ ਹੈ ਕਿ ਹੋਰ ਵੀ ਸੇਬ ਬਾਕੀ ਹਨ ਅਸੀਂ ਪੰਜ ਹੋਰ ਸੇਬਾਂ ਦਾ ਇੱਕ ਹੋਰ ਸਮੂਹ ਬਣਾ ਲਿਆ ਹੈ ਬੱਚਿਓ ਤੁਸੀਂ ਦੇਖਿਆ ਕਿ ਸਾਡੇ ਕੋਲ ਦੋ ਸਮੂਹ ਬਣ ਗਏ ਹਨ ਬਾਕੀ ਹਨ ਤਾਂ ਅਸੀਂ 5 ਸੇਬਾਂ ਦਾ ਤੀਜਾ ਸਮੂਹੀ ਬਣਾ ਲਿਆ ਹੈ ਤਾਂ ਅਸੀਂ ਦੇਖਿਆ ਕਿ ਸਾਡੇ ਕੋਲ ਤਿੰਨ ਸਮੂਹ ਬਣ ਗਏ ਹਨ ਤਾਂ ਅਸੀਂ ਇਸ ਵਿੱਚੋਂ ਸੱਸੇ ਉੱਤਰ ਤੇ ਪਾਵ ਚੌਥੇ ਤੇ ਠੀਕ ਦਾ ਨਿਸ਼ਾਨ ਲਗਾ ਦੇਵਾਂਗੇ ਆਪਾਂ ਅਸੀਂ ਇੱਕ ਹੋਰ ਸਵਾਲ ਹੱਲ ਕਰਦੇ ਹਾਂ ਇੱਕ ਮੱਕੜੀ ਦੀਆਂ 8 ਲੱਤਾਂ ਹਨ ਤਾਂ ਚਿੱਤਰ ਵਿੱਚ ਦਿਖਾਈਆਂ ਮੱਕੜੀ ਦੀਆਂ ਕਿੰਨੀਆਂ ਦੱਸੋ ਪਿਆਰੇ ਬੱਚਿਓ ਤੁਸੀਂ ਇੱਥੇ ਮੱਕੜੀ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਕਿ ਇੱਕ ਮੱਕੜੀ ਦੀਆਂ 8 ਲੱਤਾਂ ਹਨ ਇਸ ਦੇ ਲਈ ਸਾਨੂੰ 4 ਉਤਰ ਦਿੱਤੇ ਗਏ ਹਨ ਜੋ ਕਿ ਤੁਸੀਂ ਦੇਖ ਰਹੇ ਹੋ ਤਾਂ ਆਪ ਅਸੀਂ ਸਵਾਲ ਹੱਲ ਕਰਦੇ ਹਾਂ ਪਿਆਰੇ ਬੱਚਿਓ ਪਹਿਲੀ ਮੱਕੜੀ ਦੀਆਂ 8 ਲੱਤਾਂ ਹਨ ਅਸੀਂ ਇੱਥੇ ਲਿਖ ਦਿੱਤਾ ਹੈ ਦੂਜੀ ਮੱਕੜੀ ਦੀਆਂ ਵੀ 8 ਲੱਤਾਂ ਹਨ ਤੀਜੀ ਮੱਕੜੀ ਦੀਆਂ ਵੀ 8 ਲੱਤਾਂ ਹਨ ਅਤੇ ਚੌਥੀ ਮੱਕੜੀ ਦੀਆਂ ਵੀ 8 ਲੱਤਾਂ ਹਨ ਤਾਂ ਅਸੀਂ ਇੱਥੇ ਆਰੇ ਦੇ ਉੱਤੇ ਠੀਕ ਦਾ ਨਿਸ਼ਾਨ ਲਗਾ ਦਿੱਤਾ ਹੈ ਅਤੇ ਇਹ ਹੀ ਸਾਡਾ ਉੱਤਰ ਹੋਵੇਗਾ। ਪਿਆਰੇ ਬੱਚਿਓ ਆਓ ਅਸੀਂ ਅਗਲੇ ਸਵਾਲ ਵੱਲ ਚੱਲਦੇ ਹਾਂ। ਇੱਕ ਸਾਈਕਲ ਦੇ ਦੋ ਪਹੀਏ ਹਨ। ਦੋ ਸਾਈਕਲਾਂ ਦੇ ਕਿੰਨੇ ਪਹੀਏ ਹੋਣਗੇ? ਇਸ ਦੇ ਲਈ ਸਾਨੂੰ ਚਾਰ ਉੱਤਰ ਦਿੱਤੇ ਗਏ ਹਨ। ਅਸੀਂ ਸਵਾਲ ਹੱਲ ਕਰਨਾ ਹੈ। ਪਿਆਰੇ ਬੱਚਿਓ ਸਾਨੂੰ ਪਤਾ ਹੈ ਕਿ ਇੱਕ ਸਾਈਕਲ ਦੇ ਦੋ ਪਹੀਏ ਹਨ ਜੋ ਕਿ ਤੁਸੀਂ ਇੱਥੇ ਦੇਖ ਰਹੇ ਹੋ ਤਾਂ ਅਸੀਂ ਦੋ ਸਾਈਕਲਾਂ ਦੇ ਪਹੀਏ ਦੇਖਣੇ ਹਨ ਕਿ ਕਿੰਨੇ ਹਨ ਤਾਂ ਦੂਜੀ ਸਾਈਕਲ ਦੇ ਵੀ ਦੋ ਪਹੀਏ ਹਨ ਤਾਂ ਦੋ ਸਾਈਕਲਾਂ ਦੇ ਚਾਰ ਪਹੀਏ ਹੋ ਗਏ ਤਾਂ ਆਵੋ ਅਸੀਂ ਸਹੀ ਉੱਤਰ ਲੱਭਦੇ ਹਾਂ ਪਹਿਲੇ ਉੱਤਰ ਦੇ ਵਿੱਚ 8 ਪਹੀਏ ਹਨ ਜੋ ਕਿ ਸਾਡਾ ਉੱਤਰ ਨਹੀਂ ਹੈ ਦੂਜੀ ਉੱਤਰ ਦੇ ਵਿੱਚ ਦੋ ਪਹੀਏ ਹਨ ਤੀਜੀ ਉੱਤਰ ਦੇ ਵਿੱਚ 6 ਪਹੀਏ ਹਨ ਤੁਸੀਂ ਦੇਖ ਰਹੇ ਹੋ ਕਿ ਚੌਥੇ ਉੱਤਰ ਦੇ ਵਿੱਚ 4 ਪਈ ਹਨ ਤਾਂ ਇਹੀ ਸਾਡਾ ਸਹੀ ਉੱਤਰ ਹੈ ਅਸੀਂ ਅਤੇ ਅਸੀਂ ਇਸ ਤੇ ਠੀਕ ਦਾ ਨਿਸ਼ਾਨ ਲਗਾ ਦਿੱਤਾ ਹੈ ਆਓ ਅਸੀਂ ਅਗਲੇ ਸਵਾਲ ਵੱਲ ਚੱਲਦੇ ਹਾਂ ਚਿੱਤਰ ਵਿੱਚ ਦਿਖਾਈਆਂ ਗਈਆਂ ਸ਼ਹਿਦ ਦੀਆਂ ਮੱਖੀਆਂ ਦੇ ਡੈਸ਼ ਖੰਭ ਹੋਣਗੇ ਪਿਆਰੇ ਬੱਚਿਓ ਤੁਸੀਂ ਇੱਥੇ ਸ਼ਹਿਦ ਦੀਆਂ ਮੱਖੀਆਂ ਦੇਖ ਰਹੇ ਹੋ ਅਸੀਂ ਇਸ ਦੇ ਚਾਰ ਉੱਤਰ ਵੀ ਨਿਖ ਰਹੇ ਹੋ ਤਾਂ ਅਸੀਂ ਪਤਾ ਕਰਨਾ ਹੈ ਕਿ ਸ਼ਹਿਦ ਦੀਆਂ ਮੱਖੀਆਂ ਦੇ ਕਿੰਨੇ ਖੰਭ ਹਨ ਬੱਚਿਓ ਤੁਸੀਂ ਦੇਖ ਰਹੇ ਹੋ ਕਿ ਹਰ ਮੱਖੀ ਦੇ ਦੋ ਖੰਭ ਹਨ ਤਾਂ ਅਸੀਂ ਸਵਾਲ ਸ਼ੁਰੂ ਕਰਦੇ ਹਾਂ ਪਹਿਲੀ ਮੱਖੀ ਦੇ ਵੀ ਦੋ ਖੰਭ ਹਨ ਜੋ ਕਿ ਅਸੀਂ ਇਸ ਤਰ੍ਹਾਂ ਜੋੜ ਦਾ ਨਿਸ਼ਾਨ ਪਾ ਕੇ ਲਿਖ ਦਿੱਤਾ ਹੈ ਦੂਜੀ ਮੱਖੀ ਦੇ ਵੀ ਦੋ ਖੰਭ ਹਨ ਤੀਜੀ ਮੱਖੀ ਦੇ ਵੀ ਦੋ ਖੰਭ ਹਨ ਚੌਥੀ ਮੱਖੀ ਦੇ ਵੀ ਦੋ ਖੰਭ ਹਨ ਅਤੇ ਪੰਜਵੀਂ ਮੱਖੀ ਦੇ ਵੀ ਦੋ ਖੰਭ ਹਨ ਤਾਂ ਅਸੀਂ ਇਸ ਦੇ ਨਾਲ ਮਿਲਦਾ ਜੁਲਦਾ ਉੱਤਰ ਆੜਾ ਲੱਭ ਲਿਆ ਹੈ ਅਤੇ ਇਸ ਉੱਤੇ ਅਸੀਂ ਠੀਕ ਦਾ ਨਿਸ਼ਾਨ ਲਗਾ ਦਿੱਤਾ ਹੈ ਤਾਂ ਪਿਆਰੇ ਬੱਚਿਓ ਉਮੀਦ ਹੈ ਕਿ ਇਹ ਸਾਰੇ ਸਵਾਲ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਿੱਖ ਲਏ ਹਨ ਅਤੇ ਇਹ ਸਾਰੇ ਸਵਾਲ ਤੁਸੀਂ ਆਪਣੀਆਂ ਕਾਪੀਆਂ ਉੱਤੇ ਹੱਲ ਕਰਨੇ ਹਨ ਧੰਨਵਾਦ